एजेंट औरतां ने इराक च वेचियां पंजाब दियां धीआं, हजारां रुपए भी लै ले ते नौकरी भी नहीं दवाई। सिद्धा इराक च लैंड करदे ही पाड़ते इन्हां कुड़ियां दे पासपोर्ट, पसंद करके लै जांदे सी शेख। पूरा दिन कराउंदे सी घर दा कम, दो दो महीनिया तक नहीं दिंदे सी रोटी, विरोध करन ते पाड़ दिंदे सी कुड़ियां दे कपड़े। मापिया नाल नहीं हुंदी सी कई महीनिया तक गल। संत सीचेवाल दे यतना सदका वापस परतियां ए कुड़ियां। आओ अपनियां कुड़ियां नूं बाहर भेजण दे फैसला लैण तों पहला इन्हां धीआं दा दुख सुन लैने आ, इन धीआं दी हड बीती जान लैने आ। की पता तुहाडा अपनी धीआं नूं बाहर भेजण दा फैसला बदल जावे। तां सुणो इन्हां धीआं दी हड बीती, जो इन्हां दे नाल इराक दे विच होया ओह तुहाडे लूह कंडे खड़े कर देवेगा। 10 जुलाई नूं असीं भारत तों इराक लई गए सी। ਸਾਨੂੰ ਪਹਿਲੇ ਦੁਬਈ ਦਾ ਵੀਜ਼ਾ ਦਿੱਤਾ ਗਿਆ ਸੀ। ਗੱਲਬਾਤ ਕੀ ਹੋਈ ਸੀ ਤੁਹਾਡੀ? ਜਿਹੜਾ ਮਨਦੀਪ ਕੌਰ ਨਾਮ ਹੈ, ਫਗਵਾੜੇ ਤੋਂ ਕੁੜੀ ਆ। ਉਹ ਮੇਰੀ ਕੋਈ ਸਹੇਲੀ ਸੀ, ਉਹਨਾਂ ਨੇ ਉਹਨਾਂ ਦਾ ਨੰਬਰ ਦਿੱਤਾ ਸੀ ਕਿ ਉਹ ਉੱਥੇ, ਮਤਲਬ ਉਹਨਾਂ ਦੀ ਕੋਈ ਨਿੱਜੀ ਕੰਪਨੀ ਆ, ਉੱਥੇ ਕੁੜੀਆਂ ਨੂੰ ਲੈ ਕੇ ਜਾਂਦੇ ਆ। ਉੱਥੇ ਰੈਸਟੋਰੈਂਟ ਦਾ ਕੰਮ ਕਿਹਾ ਗਿਆ ਸੀ ਤੇ 50,000 ਸੈਲਰੀ ਦੱਸੀ ਗਈ ਸੀ। ਇੱਥੋਂ ਤੁਹਾਡੇ ਕੋਲ ਜਾਣ ਲੱਗੇ ਕਿੰਨੇ ਪੈਸੇ ਲਏ? ਇੱਥੋਂ 80,000 ਰੁਪਇਆ ਲਿਆ। रात ते 1 बजे सानू कोई वकील आया लैन, पहले कहंदे कि तुहानू 1 घंटे तक एक बंदा लैन आऊगा, ओह साडा तुहाडा एजेंट होगा। ਪਰ ਉੱਥੇ ਕੋਈ ਉਹਨਾਂ ਦਾ ਕੰਪਨੀ ਦਾ ਬੰਦਾ ਸੀ, ਉਹ ਸਾਨੂੰ ਲੈਣ ਆਇਆ। ਉਹ ਕਿਸੇ ਸਾਨੂੰ ਘਰ ਦੇ 'ਚ ਇੰਝ ਲੱਗਦਾ ਸੀ ਜਿਵੇਂ ਕੋਈ ਘਰ ਹੁੰਦਾ ਆ, ਉੱਥੇ ਲੈ ਕੇ ਚਲਾ ਗਿਆ। ਅਸੀਂ ਕਾਫੀ ਹੱਦ ਤੱਕ ਡਰ ਗਏ। ਫਿਰ ਇੱਕ ਲੜਕੀ ਨੇ ਕਿਹਾ ਕਿ ਆ ਜਾਓ, ਕਿਉਂਕਿ ਮੈਂ ਵੀ ਪੰਜਾਬੀ ਹਾਂ, ਅਤੇ ਆਪਾਂ ਉੱਥੇ ਚਲੇ ਗਏ ਅੰਦਰ। ਫਿਰ ਅਗਲੇ ਦਿਨ ਸਾਨੂੰ ਉਨ ਕੁੜੀਆਂ ਤੋਂ ਪਤਾ ਲੱਗਾ ਕਿ ਇੱਥੇ ਅਸੀਂ ਫਸ ਚੁੱਕੇ ਹਾਂ, ਮਤਲਬ ਕਿ ਇੱਥੇ ਘਰਾਂ ਦਾ ਕੰਮ ਕਰਵਾਉਣ ਵਿੱਚ ਲਿਆਇਆ ਜਾਂਦਾ ਆ। ਹੋਰ ਕੀ ਤਸ਼ੱਦਦ ਤੁਹਾਡੇ ਨਾਲ ਹੋਇਆ ਉੱਥੇ? ਫਿਰ ਉਹ ਕਸਟਮਰ ਆਉਂਦੇ ਆ, ਅਸੀਂ ਚਲੋ ਸਵੀਕਾਰ ਕਰ ਲਿਆ ਕਿ ਚਲੋ 2 ਸਾਲ ਹੁਣ ਕੰਮ ਕਰਾਂਗੇ ਅਤੇ ਵਾਪਸ ਚਲੇ ਜਾਵਾਂਗੇ। ਪਰ ਉੱਥੇ ਘਰਾਂ ਦੇ ਕੰਮ ਵਿੱਚ ਕਸਟਮਰ ਲੈਣ ਆਉਂਦੇ ਆ, ਉਹ ਪਸੰਦ ਕਰਕੇ ਲੈ ਕੇ ਜਾਂਦੇ, ਜੇ ਕੋਈ ਚੰਗਾ ਨਹੀਂ ਲੱਗਦਾ ਤਾਂ ਉਹ ਵਾਪਸ ਛੱਡ ਜਾਂਦੇ। ਅਤੇ ਘਰਾਂ ਦੇ ਵਿੱਚ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ, ਬਹੁਤ ਜ਼ਿਆਦਾ ਕੰਮ ਕਰਵਾਉਂਦੇ ਆ, ਦਿਨ ਰਾਤ ਸੌਣ ਨਹੀਂ ਦਿੰਦੇ, ਖਾਣਾ ਨਹੀਂ ਦਿੰਦੇ ਹੈਗੇ ਕੁਛ ਵੀ ਖਾਣ ਨੂੰ, ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ। ਮੇਰਾ ਇੰਨਾ ਸਰੀਰ ਅਲਰਜੀ ਨਾਲ ਭਰ ਚੁੱਕਾ ਸੀ, ਇੰਨੀ ਇਨਫੈਕਸ਼ਨ ਵੱਧ ਚੁੱਕੀ ਸੀ ਕਿ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ। ਫਿਰ ਵੀ ਰਾਤ ਦਿਨ ਕੰਮ ਕਰਵਾਉਂਦੇ ਸੀ, ਮਾਰ ਕੁਟਾਈ ਬਹੁਤ ਕਰਦੇ ਸੀ। ਜੇ ਕੋਈ ਉਹਨਾਂ ਦੀ ਗੱਲ ਨਹੀਂ ਸੀ ਮੰਨਦਾ, ਬਾਥਰੂਮ 'ਚ ਬੰਦ ਕਰ ਦਿੰਦੇ ਸੀ 5-5 ਦਿਨ ਲਈ, ਖਾਣਾ ਪੀਣਾ ਕੁਝ ਨਹੀਂ ਸੀ ਦਿੰਦੇ। ਕੁੜੀਆਂ ਸੀ ਕਾਫੀ, ਇਹ ਇਹਨਾਂ ਦਾ ਗਰੁੱਪ ਬਣਿਆ ਹੋਇਆ ਹੈ। ਮੀਰਾ ਚੌਹਾਨ ਆ ਇੱਕ ਲੜਕੀ, ਦੀਪ ਕੌਰ ਆ, ਸੋਨੂ ਆ, ਮੇਜਰ ਸਿੰਘ, ਅਲੀ, ਇਹ ਕਾਫੀ ਬੰਦੇ ਸਾਰੇ ਰਲ ਕੇ ਫਸਾਉਂਦੇ ਆ ਕੁੜੀਆਂ ਨੂੰ। ਹਾਂਜੀ, ਪੰਜਾਬੀ ਉੱਧਰ ਵੀ, ਪਾਕਿਸਤਾਨੀ ਵੀ ਆ। ਜਿਹੜੀਆਂ ਉੱਥੇ ਮਤਲਬ ਅਜਿਹੇ ਹਾਲਾਤਾਂ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਵਾਪਸ ਜਿਹੜਾ ਆਉਣ ਦੀ ਕੋਈ ਰਸਤਾ ਉਹਨਾਂ ਨੂੰ ਨਹੀਂ ਮਿਲ ਪਾ ਰਿਹਾ? 25-30 ਕੁੜੀਆਂ ਸਾਰੀਆਂ ਪੰਜਾਬੀ ਵਿੱਚ, ਨੇਪਾਲੀ ਲੜਕੀਆਂ, ਉਹਨਾਂ ਨੂੰ ਉਹਨਾਂ ਦੇ ਕੱਪੜੇ ਉਤਾਰੇ ਜਾਂਦੇ ਆ। ਜੇ ਕੋਈ ਜ਼ਬਰਦਸਤ ਕੰਮ ਨਹੀਂ ਕਰਦਾ, ਕਹਿੰਦਾ ਕਿ ਬਿਮਾਰ, ਉਹਨਾਂ ਨੂੰ ਜ਼ਬਰਦਸਤੀ ਕੰਮ ਲਈ ਫੋਰਸ ਕਰਦੇ ਆ, ਉਹਨਾਂ ਦੇ ਕੱਪੜੇ ਉਤਾਰ ਕੇ ਸੜਕ 'ਚ ਖੜ੍ਹਾ ਕਰ ਦਿੰਦੇ, ਜਲੀਲ ਕਰਦੇ ਆ, ਬਹੁਤ ਜ਼ਿਆਦਾ, ਖਾਣਾ ਨਹੀਂ ਦਿੰਦੇ। ਸਾਨੂੰ 2 ਮਹੀਨੇ ਲਗਾਤਾਰ ਖਾਣਾ ਨਹੀਂ ਦਿੱਤਾ ਗਿਆ, ਜ਼ਮੀਨ 'ਤੇ ਸਵਾਇਆ ਗਿਆ, ਜ਼ਬਰਦਸਤੀ ਕਰਦੇ ਦਿਨ ਰਾਤ। ਸਭ ਤੋਂ ਪਹਿਲਾਂ ਸੰਤ ਬਲਵੀਰ ਸਿੰਘ ਸੀਚੇਵਾਲ ਬਾਬਾ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਇੱਥੇ ਵਾਪਸ ਸਾਡੀ ਫੈਮਿਲੀ 'ਚ ਲਿਆਇਆ ਗਿਆ।
ਬਹੁਤ ਧੰਨਵਾਦ ਇਹਨਾਂ ਦਾ, ਇੰਡੀਅਨ ਐਮਬੈਸੀ ਨੇ ਸਾਡੀ ਗੱਲ ਸੁਣੀ, ਸਾਡੀ ਮਦਦ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਚਲੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਂਗ ਜਿਵੇਂ ਕੁੜੀਆਂ ਉੱਥੇ ਫਸੀਆਂ ਹੋਈਆਂ ਆ, ਉਹਨਾਂ ਦਾ ਵੀ ਮਤਲਬ ਉਹਨਾਂ ਦੀ ਵੀ ਮਦਦ ਕੀਤੀ ਜਾਵੇ, ਉਹਨਾਂ ਨੂੰ ਵੀ ਆਪਣੇ ਘਰਾਂ 'ਚ ਵਾਪਸ ਭੇਜਵਾਇਆ ਜਾਏ। ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਨੇ ਸਾਡੀ ਸੁਣੀ ਆ, ਉਹ ਇਵੇਂ ਹੀ ਸਾਰੀਆਂ ਕੁੜੀਆਂ ਦੀ ਸੁਣੀ ਜਾਵੇ ਉੱਥੇ ਜਿਵੇਂ ਫਸੀਆਂ ਹੋਈਆਂ ਨੇ। ਜਿਹੜੇ ਲੋਕ ਜਾਣਾ ਚਾਹੁੰਦੇ ਨੇ ਬਾਹਰ ਵਿਦੇਸ਼, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਇਹ ਸਭ ਤੋਂ ਪਹਿਲਾਂ ਤਾਂ ਜਿਹੜੇ ਏਜੰਟ ਆ ਆਪਣੇ ਜ਼ਿਆਦਾ ਫਸਾਉਂਦੇ ਆ ਉੱਥੇ, ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ, ਉਹਨਾਂ ਦੇ ਘਰ ਪਰਿਵਾਰ ਤੇ ਪਹਿਲਾਂ ਪੁੱਛਗਿੱਛ ਕੀਤੀ ਜਾਵੇ, ਫਿਰ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਿਆ ਜਾਏ ਕਿ ਹਾਂ ਇਹ ਕੰਮ ਸੱਚੀ ਸਹੀ ਆ ਜਾਂ ਕਿਵੇਂ, ਕਿਉਂਕਿ ਜ਼ਿਆਦਾਤਰ ਲੜਕੀਆਂ ਨਾ ਗਲਤ ਕੰਮ ਕਰਵਾਉਂਦੇ ਉੱਥੇ ਲੈ ਜਾ ਕੇ। ਜਿਹੜੇ ਜਾਲਸਾਜ਼ ਏਜੰਟ ਨੇ, ਜਿਹੜੇ ਅਜਿਹੇ ਗੋਰਖ ਧੰਦੇ ਨੂੰ ਅੰਜਾਮ ਦੇ ਰਹੇ ਨੇ, ਉਹਨਾਂ ਦੇ ਬਰਖਿਲਾਫ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਹਾਂ। ਹਾਂਜੀ ਜ਼ਰੂਰ ਜੀ, ਜਿਵੇਂ ਸਾਨੂੰ ਫਸਾਇਆ ਗਾ ਝੂਠ ਬੋਲ ਕੇ, ਅਸੀਂ ਲੜਕੀਆਂ ਸਹੀ ਸਾਰਾ ਕੁਛ ਉੱਥੇ ਇੰਨਾ ਜ਼ਿਆਦਾ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ ਆ, ਬਹੁਤ ਜ਼ਿਆਦਾ ਰੂਹ ਕੰਬ ਜਾਂਦੀ ਹੈ ਜਿਵੇਂ ਜਿਵੇਂ ਸਾਨੂੰ ਮਹਿਸੂਸ ਹੋਇਆ, ਅਸੀਂ ਚਾਹੁੰਦੇ ਸਾਡੇ ਵਾਂਗ ਕੁਛ ਹੋਰ ਲੜਕੀ ਨਾਲ ਇੰਜ ਨਾ ਹੋਵੇ। ਅਸੀਂ 10 ਜੁਲਾਈ ਨੂੰ ਇੱਥੋਂ ਇੰਡੀਆ ਤੋਂ ਦੁਬਈ ਗਏ ਸੀ, ਉਹ ਮਨਦੀਪ ਏਜੰਟ ਸੀ ਸਾਡੀ, ਉਹਨੇ ਸਾਨੂੰ ਇੱਥੋਂ ਦੁਬਈ ਦਾ ਵੀਜ਼ਾ ਦਿੱਤਾ ਸੀ ਅਤੇ ਕਹਿੰਦੀ ਸੀ ਕਿ ਇਰਾਕ ਦਾ ਵੀਜ਼ਾ ਤੁਹਾਨੂੰ ਦੁਬਈ ਜਾ ਕੇ ਸੈਂਡ ਕਰੂੰਗੀ, ਅਤੇ ਕਹਿੰਦੀ ਸੀ ਦੁਬਈ ਦੀਆਂ ਟਿਕਟਾਂ ਅਤੇ ਵੀਜ਼ਾ ਦੁਬਈ ਹੀ ਤੁਸੀਂ ਪਾੜ ਦਿਓ। ਅਸੀਂ ਉਹ ਦੁਬਈ ਦਾ ਵੀਜ਼ਾ ਉੱਥੇ ਹੀ ਪਾੜ ਦਿੱਤਾ ਅਤੇ ਇਰਾਕ ਦਾ ਵੀਜ਼ਾ ਦੁਬਈ ਟੂ ਟਰਮੀਨੇਟ ਦੁਬਈ ਏਅਰਪੋਰਟ 'ਤੇ ਜਾ ਕੇ ਦਿਖਾਇਆ, ਅਤੇ ਉਹਨੇ ਫਿਰ ਸਾਨੂੰ ਉੱਥੇ ਇਰਾਕ ਦੀਆਂ ਟਿਕਟਾਂ ਸੈਂਡ ਕੀਤੀਆਂ, ਸਾਨੂੰ ਚੋਰੀ ਇੱਥੋਂ ਬੁਲਾਇਆ, ਉਹ ਕੰਟਰੀ ਬਿਲਕੁਲ ਨਹੀਂ ਸਹੀ ਹੈਗੀ। ਫਿਰ ਉੱਥੇ ਸਾਨੂੰ ਸੁਲੇਮਾਨੀ, ਅਸੀਂ ਇਰਾਕ ਦੇ ਵਿੱਚ ਗਏ, ਸਾਨੂੰ ਉੱਥੇ ਇੱਕ ਕੰਪਨੀ 'ਚ ਲੈ ਕੇ ਗਏ, ਉਹ ਕੰਪਨੀ ਬਿਲਕੁਲ ਨਹੀਂ ਸੀ ਸਹੀ। ਜਦੋਂ ਅਸੀਂ ਉੱਥੇ ਏਅਰਪੋਰਟ ਦੇ ਗਏ ਅੰਦਰ ਗਏ ਤਾਂ ਉੱਥੇ ਸਾਡੇ ਪਾਸਪੋਰਟ ਉਹਨਾਂ ਨੇ ਖੋਲ੍ਹੇ, ਉਹ ਕਹਿੰਦੇ ਸੀ ਤੁਸੀਂ ਇੱਥੇ ਆਏ ਕਿੱਦਾਂ ਆ, ਸਾਨੂੰ ਕੁਛ ਵੀ ਨਹੀਂ ਸੀ ਪਤਾ ਕਿ ਇਹਨਾਂ ਨੇ ਸਾਨੂੰ ਇੱਥੇ ਚੋਰੀ ਬੁਲਾਇਆ ਮਨਦੀਪ ਨੇ। ਅਤੇ ਫਿਰ ਉੱਥੇ ਉਹ ਇੱਕ ਅਸੀਂ ਮਨਦੀਪ ਨੂੰ ਜਾ ਕੇ ਕਾਲ ਕੀਤੀ ਏਅਰਪੋਰਟ 'ਤੇ ਕਿ ਸਾਨੂੰ ਇੱਥੋਂ ਕੌਣ ਲੈਣ ਆਊਗਾ, ਉਹ ਕਹਿੰਦੀ ਸੀਗੀ ਕਿ ਤੁਹਾਨੂੰ ਇੱਕ ਵਕੀਲ ਲੈ ਕੇ ਜਾਊਗਾ ਇੱਥੋਂ, ਤੁਸੀਂ ਇੱਥੇ ਵੇਟ ਕਰੋ, ਕਹਿੰਦੀ ਸੀ 1 ਘੰਟੇ ਤੱਕ ਵਕੀਲ ਆਊਗਾ। ਪਰ ਅਸੀਂ ਉੱਥੇ 2 ਮਿੰਟ ਰੁਕੇ ਹਾਂ, ਉਦੋਂ ਹੀ ਉਹ ਵਕੀਲ ਆ ਗਿਆ ਅਤੇ ਸਾਡੇ ਪਾਸਪੋਰਟ ਲੈ ਕੇ ਸਾਨੂੰ ਉੱਥੋਂ ਚਲੇ ਗਿਆ। ਫਿਰ ਉਹ ਅਸੀਂ ਅਸੀਂ ਇੱਕ ਕੰਪਨੀ 'ਚ ਗਏ, ਉਹ ਕੰਪਨੀ ਦੇ ਸਾਨੂੰ ਬਹੁਤ ਡਰ ਲੱਗਿਆ ਕਿ ਇਹਨਾਂ ਨੇ ਸਾਡੇ ਪਾਸਪੋਰਟ ਵੀ ਖੋਲ੍ਹਿਆ, ਤਾਂ ਅਸੀਂ ਕੀ ਕਰੀਏ। ਉਹ ਕੰਪਨੀ ਇੱਕ ਘਰ ਜੇ ਵਾਂਗ ਸੀ, ਜੇਲਖਾਨੇ ਜੇ ਵਾਂਗ, ਉੱਥੇ ਸਾਨੂੰ ਇੱਕ ਰਾਧਿਕਾ ਨਾਮ ਦੀ ਕੁੜੀ ਸੀ, ਉਹਨੇ ਉੱਪਰੋਂ ਆਵਾਜ਼ ਦਿੱਤੀ ਕਿ ਤੁਸੀਂ ਡਰੋ ਨਾ ਇੱਥੇ ਆ ਜਾਓ। ਫਿਰ ਅਸੀਂ ਉੱਪਰ ਗਏ ਤਾਂ ਜਦੋਂ ਉੱਪਰ ਜਾ ਕੇ ਦੇਖਿਆ, ਉਹ ਕਹਿੰਦੇ ਵੀ ਉਹਨਾਂ ਨੇ ਉਦੋਂ ਹੀ ਸਾਨੂੰ ਕਹਿਤਾ ਕਿ ਤੁਸੀਂ ਇੱਥੇ ਆਣ ਕੇ ਫਸ ਗਏ, ਬਹੁਤ ਵੱਡੀ ਤੁਸੀਂ ਗਲਤੀ ਕਰ ਦਿੱਤੀ ਇੱਥੇ ਆਣ ਕੇ। ਫਿਰ ਥੋੜ੍ਹੇ ਕੁ ਦਿਨ ਅਸੀਂ ਉਹ ਕੰਪਨੀ ਦੇ ਵਿੱਚ, ਹਾਂਜੀ ਉੱਥੇ ਬਹੁਤ ਕੁੜੀਆਂ ਸੀ, ਵੀ 25 ਕੁੜੀਆਂ ਸੀਗੀਆਂ, ਅੱਧੀਆਂ ਨੇਪਾਲ ਦੀਆਂ ਸੀ, ਅੱਧੀਆਂ ਇੰਡੀਆ ਦੀਆਂ, ਅੱਧੀਆਂ ਪਾਕਿਸਤਾਨ ਦੀਆਂ ਵੀ ਕੁੜੀਆਂ ਸੀਗੀਆਂ। ਉਹਨਾਂ ਨੇ ਉਦੋਂ ਹੀ ਸਾਨੂੰ ਕਹਿਤਾ ਸੀ, ਕਹਿੰਦੇ ਬੱਚੇ ਤੁਸੀਂ ਇੱਥੇ ਆਣ ਕੇ ਫਸ ਗਏ ਆ, ਇਹ ਕੰਟਰੀ ਬਿਲਕੁਲ ਨਹੀਂ ਸਹੀ ਹੈਗੀ। ਪਰ ਜਿਹੜੀ ਉਹ ਮਨਦੀਪ ਸੀ, ਅਸੀਂ ਉਹਨੂੰ ਇੰਨੇ ਦਿਨ ਕਾਲ ਕੀਤੀ ਵੀ ਦੀਦੀ ਸਾਡੇ ਕੋਲ ਕੁਛ ਖਾਣ ਪੀਣ ਨੂੰ ਹੈਗਾ, ਤੁਸੀਂ ਸਾਨੂੰ ਕੁਛ ਦੇ ਕੇ ਜਾਓ, ਕਹਿੰਦੀ ਰਹੀ ਆਊਂਗੀ ਆਊਂਗੀ, ਪਰ ਉਹਨੇ ਸਾਡੀ 1 ਵਾਰ ਵੀ ਬਾਤ ਨਹੀਂ ਉੱਥੇ ਜਾ ਕੇ ਪੁੱਛੀ। ਮਨਦੀਪ ਦੇ ਸੰਪਰਕ 'ਚ ਕਿੱਦਾਂ ਆਏ ਤੁਸੀਂ? ਮਨਦੀਪ ਸਾਡੀ ਰਿਸ਼ਤੇਦਾਰ ਆ, ਹਾਂਜੀ। ਉੱਥੇ ਕਿ ਇੱਥੇ ਰਹਿੰਦੀ ਹੈ? ਨਹੀਂ ਇਹ ਫਗਵਾੜੇ ਰਹਿੰਦੀ ਇੱਥੇ, ਹੁਣ ਇੱਥੇ ਹੈ ਫਗਵਾੜੇ? ਨਹੀਂ ਹੁਣ ਇਰਾਕ 'ਚ ਆ, ਪਰ ਹੈ ਫਗਵਾੜੇ ਦੀ ਹੈ ਮੇਨ, ਕੀ ਲੱਗਦੀ ਤੁਹਾਨੂੰ? ਸਾਡੀ ਰਿਸ਼ਤੇਦਾਰ ਆ, ਹਾਂਜੀ। ਉਹਦੇ ਨਾਲ ਗੱਲਬਾਤ ਕਰਕੇ ਤੁਸੀਂ ਉੱਥੇ ਗਏ? ਹਾਂਜੀ ਉਹਦੇ ਨਾਲ ਗੱਲਬਾਤ ਕਰਕੇ ਉਹਨੇ ਸਾਨੂੰ ਇਹ ਉਹਨੇ ਸਾਨੂੰ ਬੁਲਾਇਆ ਸੀ ਕਿ ਮੈਂ ਤੈਨੂੰ ਆਪਣੇ ਕੋਲ ਬੁਲਾਉਣਾ ਆ, ਪਰ ਮੈਨੂੰ ਨਹੀਂ ਸੀ ਪਤਾ ਕਿ ਉਹਨੇ ਹੋਰ ਕੰਪਨੀ ਦੇ ਵਿੱਚ ਬੁਲਾਉਣਾ ਹੈ। ਹੋਰ ਕੀ ਕੀ ਤਸ਼ੱਦਦ ਚੱਲਣਾ ਪਿਆ ਉੱਥੇ? ਅਸੀਂ ਕੰਮ ਤੇ ਜਾਂਦੇ ਸੀ, ਪਰ ਉਹ ਸਾਨੂੰ ਪੈਸੇ ਵੀ ਬਿਲਕੁਲ ਨਹੀਂ ਸੀ ਦਿੰਦੇ, ਮੈਂ ਉੱਥੇ ਜਿੰਨਾ ਚਿਰ ਕੰਮ ਕੀਤਾ 1 ਪੈਸਾ ਨਹੀਂ ਮਿਲਿਆ ਮੈਨੂੰ। ਫਿਰ ਉੱਥੇ ਖਾਣ ਪੀਣ ਨੂੰ ਵੀ ਨਹੀਂ ਸੀ ਦਿੰਦੇ, ਆਲੂ ਚੌਲ ਹੀ ਦਿੰਦੇ ਸੀ ਬਸ ਉੱਥੇ, ਉਹ ਖਾ ਖਾ ਕੇ ਸਾਡੇ ਪੈਰ ਵੀ ਬਹੁਤ ਸੁੱਜ ਗਏ ਸੀਗੇ। ਫਿਰ ਬੜੀ ਉੱਥੇ ਅਸੀਂ ਪਰੇਸ਼ਾਨੀ ਝੱਲੀ, ਫਿਰ ਅਸੀਂ ਘਰਦਿਆਂ ਨੂੰ ਦੱਸਿਆ, ਮੇਰੇ ਸਾਹਮਣੇ ਇੱਕ ਕੁੜੀ ਨੂੰ ਉੱਥੇ ਇੰਨਾ ਮੈਡਮ ਨੇ ਕੁੱਟਿਆ ਕੰਪਨੀ 'ਚ ਬਹੁਤ ਜ਼ਿਆਦਾ। ਫਿਰ ਉਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਕੰਪਨੀ ਨਹੀਂ ਸਹੀ ਹੈਗੀ। ਫਿਰ ਮੈਂ ਆਪਣੇ ਘਰਦਿਆਂ ਨੂੰ ਦੱਸਿਆ, ਮੇਰੇ ਘਰ ਦੇ ਇੱਥੇ ਬਾਬਾ ਜੀ ਦੇ ਕੋਲ ਆਏ, ਇਹਨਾਂ ਨੇ ਸਾਡੀ ਮਦਦ ਕੀਤੀ, ਇਹਨਾਂ ਨੇ ਸਾਡੀ ਗੱਲ ਸੁਣੀ,
ਫਿਰ ਇਹਨਾਂ ਨੇ ਉਧਰਲੀ ਇੰਬੈਸੀ ਨਾਲ ਗੱਲ ਕੀਤੀ, ਫਿਰ ਇੰਬੈਸੀ ਨੇ ਸਾਡੀ ਮਦਦ ਕੀਤੀ ਤੇ ਅਸੀਂ ਇੱਥੇ ਇੰਡੀਆ ਵਾਪਸ ਆਏ। ਸ਼ੋਸ਼ਣ ਵੀ ਕਰਦੇ ਸੀ ਉੱਥੇ, ਜਿਹੜੀ ਵੀ ਕੁੜੀ ਕੰਮ ਤੇ ਜਾਂਦੀ ਸੀ, ਜੇ ਉਹ ਕੁੜੀ ਵਾਪਸ ਆ ਜਾਂਦੀ ਸੀ ਕੰਮ ਤੋਂ ਕੰਪਨੀ 'ਚ, ਤਾਂ ਮੈਡਮਾਂ ਉਹਨਾਂ ਨੂੰ ਬਾਥਰੂਮ 'ਚ ਬੰਦ ਕਰਦੀਆਂ ਸੀ। ਇੱਕ ਇੱਕ ਦਿਨ, ਪੰਜ ਪੰਜ ਦਿਨ ਉਹਨਾਂ ਨੂੰ ਬਾਥਰੂਮ 'ਚ ਬੰਦ ਕਰਦੇ ਸੀ, ਫਿਰ ਖਾਣਾ ਨਹੀਂ ਸੀ ਦਿੰਦੇ ਉਹਨਾਂ ਨੂੰ, ਫਿਰ ਕੰਪਨੀ ਦੇ ਬਾਹਰ ਕਰ ਦਿੰਦੇ ਸੀ। ਇੱਕ ਨੇਪਾਲ ਦੀ ਕੁੜੀ ਨੂੰ ਖੁਦ ਇੱਕ ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਉਹਨੂੰ ਸਾਰਾ ਦਿਨ ਬਾਹਰ ਖੜੀ ਕੀਤਾ ਰੱਖਿਆ। ਮੈਂ ਤੇ ਇਹੀ ਅਪੀਲ ਕਰਨਾ ਚਾਹੁੰਦੀ ਸਾਰੀਆਂ ਕੁੜੀਆਂ ਨੂੰ ਕਿ ਥੋੜੀ ਖਾ ਲਓ, ਇੱਥੇ ਖਾ ਲਓ, ਬਾਹਰ ਨਾ ਜਾਓ। ਮੇਰੀ ਇਹੀ ਬੇਨਤੀ ਆ ਸਾਰੀਆਂ ਕੁੜੀਆਂ ਅੱਗੇ। ਮਨਦੀਪ ਦੇ ਸਖਤ ਤੋਂ ਸਖਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹਨੇ ਸਾਨੂੰ ਰਿਸ਼ਤੇਦਾਰ ਹੋ ਕੇ ਸਾਨੂੰ ਖੁਦ ਉਹਨਾਂ ਨੇ ਫਸਾਇਆ। ਉਹ ਹੋਰ ਵੀ ਕੁੜੀਆਂ, ਪਤਾ ਨਹੀਂ ਉਹਨੇ ਕਿੰਨੀਆਂ ਕੁ ਕੁੜੀਆਂ ਨੂੰ ਫਸਾਇਆ ਹੋਣਾ ਉੱਥੇ, ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਜ ਦਾ ਮੰਤਵ ਇਹ ਹੈ ਕਿ ਜਿਹੜੀਆਂ ਖਾਸ ਕਰਕੇ ਮਾਸਕਟ ਦੁਬਈ ਜਾਂ ਇਰਾਕ ਦੇ ਵਿੱਚ ਲੜਕੀਆਂ ਜਾਂਦੀਆਂ, ਉਹਨਾਂ ਦੇ ਨਾਲ ਅੱਗੇ ਵੀ ਦੇਖਿਆ ਕਿ ਤਕਰੀਬਨ ਹੁਣ ਤੱਕਰ 55 ਲੜਕੀਆਂ ਜਿਹੜੀਆਂ ਵਾਪਸ ਆ ਚੁੱਕੀਆਂ। ਦੋ ਲੜਕੀਆਂ ਅੱਜ ਇਹ ਤੁਹਾਡੇ ਸਾਹਮਣੇ ਆ ਰਹੀਆਂ, ਥੋੜ੍ਹੇ ਦਿਨ ਪਹਿਲਾਂ ਜਿਹੜੀਆਂ ਹੈ ਇਹ ਇਰਾਕ ਤੋਂ ਵਾਪਸ ਆਈਆਂ। ਇੱਕ ਦਾ ਨਾਂ ਬੀਬੀ ਪਵਨ ਵੀਰ ਕੌਰ, ਇਹ ਬਟਾਲੇ ਤੋਂ ਅੰਮ੍ਰਿਤਸਰ ਰਹਿੰਦੇ ਆ, ਅਤੇ ਦੂਸਰੀ ਲੜਕੀ ਹੈਗੀ ਹਰਪ੍ਰੀਤ ਕੌਰ। ਸੋ ਇਹ ਥੋੜ੍ਹੇ ਦਿਨ ਹੀ ਪਹਿਲਾਂ ਜਿਹੜੀਆਂ ਹੈ ਇਰਾਕ ਤੋਂ ਵਾਪਸ ਆਈਆਂ, ਅਤੇ ਇੱਕੋ ਦਿਨ ਹੀ ਇਹ ਗਈਆਂ ਸੀਗੀਆਂ ਆਪਣੇ ਦੁਬਈ 'ਚ, ਅਤੇ ਦੁਬਈ ਤੋਂ ਗਾਂ ਇਰਾਕ ਇਹਨਾਂ ਨੂੰ ਭੇਜ ਦਿੱਤਾ। ਸੋ ਇਹਨਾਂ ਦੇ ਕੋਲੋਂ ਜਿਹੜਾ ਹੈਗਾ ਧੱਕੇ ਨਾਲ ਕੰਮ ਕਰਾਉਂਦੇ ਸੀ, ਤਨਖਾਹ ਦਿੰਦੇ ਨਹੀਂ ਸੀ, ਅਤੇ ਤਕਰੀਬਨ 50,000 ਰੁਪਈਆ ਇਹਨਾਂ ਨਾਲ ਕਰਕੇ ਲਗਾਏ ਸੀ ਵੀ ਤੁਹਾਨੂੰ 50,000 ਰੁਪਈਆ ਮਹੀਨੇ ਦਾ ਮਿਲੂਗਾ। ਇਹ ਦੱਸਦੇ ਆ ਕਿ ਸਾਨੂੰ ਤਨਖਾਹ ਵੀ ਨਹੀਂ ਮਿਲੀ, ਅਤੇ ਨਾਲੇ ਧੱਕੇ ਨਾਲ ਕੰਮ ਕਰਾਉਂਦੇ ਸੀਗੇ, ਅਤੇ ਜਿਹਦੇ ਕੰਮ ਇਹਨਾਂ ਦੀ ਇੱਛਾ ਦੇ ਵਿਰੁੱਧ ਕਰਾਉਂਦੇ ਸੀ। ਅਤੇ ਅੱਗੇ ਵੀ ਦੇਖਿਆ ਕਿ ਇਹੋ ਹੀ ਹਾਲ ਜਿਹੜਾ ਉੱਧਰ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਜਾਂਦੀਆਂ। ਸੋ ਅਸੀਂ ਤਾਂ ਇਹੋ ਹੀ ਬੇਨਤੀ ਕਰਨ ਵਾਸਤੇ ਕਿ ਆਪਣੀਆਂ ਲੜਕੀਆਂ ਨੂੰ ਖਾਸ ਕਰਕੇ ਇਹਨਾਂ ਅਰਬ ਮੁਲਕਾਂ ਦੇ ਵਿੱਚ ਨਾ ਭੇਜੋ, ਕਿਉਂਕਿ ਇਹ ਹੁਣ ਤੱਕਰ 55 ਲੜਕੀਆਂ ਵਾਪਸ ਆ ਚੁੱਕੀਆਂ, ਅਤੇ ਇਹ ਸਭ ਦੇ ਨਾਲ ਇਹੋ ਜਿਹਾ ਬਿਹੇਵ ਜਿਹੜਾ ਹੈਗਾ ਦੇਖਿਆ ਗਿਆ। ਉਹ ਜਦੋਂ ਇੱਧਰ ਫਸ ਜਾਂਦਾ ਕੋਈ, ਫਿਰ ਜਾਂ ਕਹਿੰਦੇ ਆ ਵੀ ਸਾਨੂੰ 5 ਲੱਖ, 10 ਲੱਖ, 8 ਲੱਖ ਰੁਪਈਆ ਦਿਓ, ਜਾਂ ਕਿ ਇਸ ਲੜਕੀ ਦੀ ਜਗ੍ਹਾ 'ਤੇ ਉਹ ਆਪਣੀ ਹੋਰ ਕਿਸੇ ਲੜਕੀ ਨੂੰ ਭੇਜੇ ਤਾਂ ਅਸੀਂ ਇਹਨੂੰ ਵਾਪਸ ਭੇਜਾਂਗੇ। ਜਦੋਂ ਫਸ ਜਾਂਦਾ ਫਿਰ ਮਾਂ ਬਾਪ ਕਈ ਵਾਰ ਪੈਸੇ ਇਕੱਠੇ ਕਰ ਕਰਕੇ ਵੀ ਬਹੁਤ ਤਰਲੇ ਕਰਕੇ ਵੀ ਹਜੇ ਵੀ ਉੱਥੇ ਦੱਸਦੀਆਂ ਲੜਕੀਆਂ ਵੀ ਹਜੇ ਵੀ ਉੱਥੇ ਬਹੁਤ ਲੜਕੀਆਂ ਫਸੀਆਂ ਹੋਈਆਂ। ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮਾਂ ਬਾਪ ਨੂੰ, ਥੋੜ੍ਹਾ ਖਾ ਲਓ ਪਰ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ। ਸੋ ਇਹੀ ਸਾਡੀ ਰਿਕੁਐਸਟ ਆ, ਬੇਨਤੀ ਹੈ, ਅਤੇ ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਅੰਬੈਸੀ ਦਾ, ਵਿਦੇਸ਼ ਮੰਤਰਾਲੇ ਦਾ, ਜਿਨ੍ਹਾਂ ਨੇ ਉੱਦਮ ਕਰਕੇ ਇਹਨਾਂ ਲੜਕੀਆਂ ਨੂੰ ਵਾਪਸ ਲੈ ਕੇ ਆਉਂਦਾ। ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ, ਅਤੇ ਮਿਹਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੇ ਟਰੈਵਲ ਏਜੰਟ ਇਹੋ ਜਿਹੇ ਝਾਸੇ ਦੇ ਕੇ ਲੜਕੀਆਂ ਨੂੰ ਜਿਹੜੇ ਹੈ ਬਾਹਰ ਇਸ ਤਰ੍ਹਾਂ ਭੇਜਦੇ ਆ, ਉਹਨਾਂ ਦੀ ਜਾ ਕੇ ਉਹਨਾਂ ਨੂੰ ਵੇਚਦੇ ਆ, ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ। ਬਈ ਦੇਖਿਆ ਜਾ ਰਿਹਾ ਕਿ ਜਿਹੜੇ ਜਿਹਨਾਂ ਵੱਲੋਂ ਝਾਂਸਾ ਦੇ ਕੇ ਇਹਨਾਂ ਨੂੰ ਬਾਹਰ ਲਿਜਾਇਆ ਜਾ ਰਿਹਾ, ਉਹਨਾਂ ਦਾ ਨਾ ਤਾਂ ਕੋਈ ਦਫ਼ਤਰ ਆ, ਉਹ ਘਰਾਂ 'ਚ ਬਹਿ ਕੇ ਕੰਮ ਕਰ ਰਹੇ ਨੇ, ਨਾ ਕਿਸੇ ਕਿਸਮ ਦਾ। ਇਹੀ ਇਹੀ ਪ੍ਰੋਬਲਮ ਆ, ਇਹ ਹੋਰ ਵੀ ਹੈ ਕਿ ਗਰੀਬ ਤੋਂ ਗਰੀਬ ਪਰਿਵਾਰ ਦੇਖਦੇ ਆ ਵੀ ਜਿਹੜਾ ਉਹਦਾ ਕੋਈ ਪਿੱਛਾ ਨਾ ਕਰ ਸਕੇ। ਕੁਛ ਤਾਂ ਬੱਚੇ ਜਿਹੜੇ ਹੈਗੇ ਇੱਥੋਂ ਗਰੀਬੀ ਦੀ ਮਾਰ ਝੱਲੀ ਹੁੰਦੀ ਹੈ, ਤਾਂ ਉੱਥੇ ਜਾ ਕੇ ਜੋ ਕਹਿੰਦੇ ਆ ਉਹ ਸਵੀਕਾਰ ਕਰ ਲੈਂਦੇ ਆ, ਉਹ ਤਾਂ ਫਿਰ ਉੱਥੇ ਜਿੱਦਾਂ ਦੀ ਹੈਗੀ ਆ ਥੋੜ੍ਹੇ ਬਹੁਤੇ ਜਿੰਨੇ ਪੈਸੇ ਦਿੰਦੇ ਆ ਉਹ ਵਾਪਸ ਆਈ ਜਾਂਦੇ ਆ। ਜਿਹੜੇ ਬੱਚੇ ਉਹਨਾਂ ਧੰਦਿਆਂ ਵਿੱਚ ਨਹੀਂ ਜਾ ਸਕਦੇ ਉਹ ਫਿਰ ਉੱਥੇ ਜਾ ਕੇ ਫਸ ਜਾਂਦੇ ਆ, ਦੁਖੀ ਵੀ ਹੁੰਦੇ ਆ, ਉੱਥੇ ਆਤਮ ਹੱਤਿਆ ਵੀ ਹੁੰਦੀ ਆ, ਬਹੁਤ ਕੁਛ ਜਿਹੜਾ ਹੈਗਾ ਸਾਨੂੰ ਇਹ ਲੜਕੀਆਂ ਨੇ ਦੱਸਿਆ। ਪਰ ਇਹ ਦੁੱਖ ਦੀ ਗੱਲ ਆ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਘਰੇ ਆਣ ਕੇ ਵੀ ਜਿਹੜੇ ਕਿਉਂਕਿ ਰਜਿਸਟਰਡ ਜਿਹੜੇ ਹੈਗੇ ਏਜੰਟ ਤਾਂ ਹੈ ਨਹੀਂ ਕੁਛ, ਇਹਨਾਂ ਨੇ ਬੱਚੀਆਂ ਨੇ ਅੱਗੇ ਵੀ ਅਸੀਂ ਨਾਲ ਆਏ ਸੀ, ਪੁਲਿਸ ਨੂੰ ਵੀ ਦੱਸਿਆ ਕਿ ਇਹੋ ਜਿਹੜੇ ਹੈਗੇ ਆ ਗਾਂ ਦੀ ਗਾਂ ਇਹ ਆਪਣੇ ਖਾਸ ਕਰਕੇ ਰਿਸ਼ਤੇਦਾਰਾਂ ਨੂੰ ਜਾਂ ਗਰੀਬ ਪਰਿਵਾਰ ਜਿਹੜੀ ਜਿਨ੍ਹਾਂ ਦੀ ਇਨਕਮ ਕੁਛ ਵੀ ਨਹੀਂ ਜਾਂ ਲਾਚਾਰ ਆ, ਜਿਹੜਾ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਉਹਨਾਂ ਨੂੰ ਜ਼ਿਆਦਾ ਇਹ ਫਸਾਉਂਦੇ ਆ। ਇਹ ਜਿਹੜੇ ਹੈਗੇ ਆ ਕੋਈ ਮੇਨ ਏਜੰਟ ਜਿਹੜਾ ਹੈਗਾ ਇਹਨਾਂ ਦੇ ਪਿੱਛੇ ਹੋਰ ਆ, ਉਹ ਗਾਂ ਦੀ ਗਾਂ ਜਿਹੜੇ ਹੈਗੇ ਆਪਣੇ ਬੰਦਿਆਂ ਨੂੰ ਕਹਿ ਕਹਾ ਕੇ ਉਹਨਾਂ ਕੋਲ ਥੋੜ੍ਹੇ ਬਹੁਤੇ ਉਹਨਾਂ ਨੂੰ ਪੈਸੇ ਦਿੰਦੇ ਹੋਣਗੇ, ਉਹਨਾਂ ਨੂੰ ਜੋੜ ਕੇ ਇਸ ਤਰ੍ਹਾਂ ਕਰਦੇ ਆ। ਦੱਸਿਆ ਕਿ ਥੋੜ੍ਹਾ ਸਮਾਂ ਹੋਇਆ ਸੀ ਇਹਨਾਂ ਨੂੰ ਬਾਹਰ ਗਿਆ,
कारण की देखते हो आप लगातार प्रचार भी कर रहे हैं, अवेयर भी कर रहे हैं लोगों को, अखबार पढ़ूगा कुछ आम पिंड पता ही नहीं होंगे। आम तो कोई आम की रुचि है नहीं कि मैं सारा कुछ देखना जो चल रहा भी टेलीविजन मोहरे आप बह गए आप हर गल पड़चोल करते हैं। हाँ जो कुछ रगड़िया जाता वह जरूर देखता है, जहां जो कुछ कोई रिश्तेदार भैन भरा बाहर चले गया जरूर अवेयर होंगे भी आ जी चीज तो, बाकी जिन्हों तक नहीं है गल पहुंची वो जरूर असं ता ही दोबारा जोड़ा है फिर आपू बे बेरा माध्यम राही प्रेस राही बेनती करना चाहते हैं कि जरूर यहोजे कोई एजेंट आन के घर के रगड़ा है तो उन्होंने झांसे में ना आओ, क्योंकि मगरों जोड़ा है उन्होंने कोई वाली वारस नहीं होंगे ना उन्होंने इतने पिड़पता, तो कई बार यहोजा बहुत व्डा जानी माली नुकसान बहुत बड़ा।